ਅੱਜ ਆਪਣੇ ਦਰਸ਼ਕਾਂ ਨੂੰ ਉਹ ਮਿਠਾਈ ਦਿਖਾਵਾਂਗੇ ਜਿਹੜੀ ਕੇਵਲ ਤੇ ਕੇਵਲ ਸ਼ਹਿਰ ਵਿੱਚ ਮਿਲਦੀ ਆ, ਹੋਰ ਕਿਤੇ ਇਹ ਮਿਠਾਈ ਨਹੀਂ ਮਿਲਦੀ, ਔਰ ਮਿਲਦੀ ਵੀ ਸਾਲ 'ਚ 4 ਤੋਂ 5 ਦਿਨ। ਸਾਵਣ ਦਾ ਮਹੀਨਾ ਔਰ ਸਾਵਣ ਦੇ ਮਹੀਨੇ ਦੇ ਵਿੱਚ ਖਾਸ ਕਰਕੇ ਮਿਠਾਈ ਮਿਲਦੀ ਹੈ ਅੰਦਰਸੇ। ਇਹਨਾਂ ਨੂੰ ਅੰਦਰਸੇ ਕਿਉਂ ਕਹਿੰਦੇ ਨੇ, ਕਿਉਂ ਅੰਦਰਸੇ ਜਿਹੜੇ ਨੇ ਉਹ ਕਿਹਾ ਜਾਵੇ ਤਾਂ 4 ਤੋਂ 5 ਦਿਨ ਇਤਵਾਰ ਮਿਲਦੇ। ਜੇ ਇੱਕ ਮਹੀਨੇ 'ਚ 4 ਇਤਵਾਰ ਨੇ ਤਾਂ 4 ਦਿਨ ਮਿਠਾਈ ਮਿਲੇਗੀ, ਜੇ 5 ਇਤਵਾਰ ਨੇ ਤਾਂ 5 ਦਿਨ ਮਿਲੇਗੀ। ਪਹਿਲਾਂ ਤਸਵੀਰ ਦਿਖਾ ਦਿੰਦੇ ਹਾਂ ਕਿ ਅੰਦਰਸੇ ਬਟਾਲੇ ਸ਼ਹਿਰ ਦੀ ਸ਼ਾਨ ਹੈ ਔਰ ਬਟਾਲੇ ਸ਼ਹਿਰ 'ਚ ਸਾਵਣ ਦਾ ਤੋਹਫ਼ਾ ਹੈ। ਗੱਲਬਾਤ ਕਰ ਲਾਂਗੇ ਵੀ ਕਿੱਦਾਂ ਬਣਦੇ ਨੇ ਔਰ ਕਿਉਂ ਬਟਾਲੇ ਸ਼ਹਿਰ 'ਚ ਮਿਲਦੇ ਆ। ਕੀ ਨਾਮ ਆ ਜੀ? ਮੇਰਾ ਨਾਮ ਵਿਨੇ ਕੁਮਾਰ ਮੱਖਣੀ ਹੈ। ਮੱਖਣੀ ਜੀ, ਇਹ ਫਿਰ ਮੱਖਣ ਵਰਗਾ ਹੀ ਕੰਮ ਕਰੀ ਜਾ ਰਹੇ ਹੋ? ਹਾਂਜੀ ਜੀ, ਇਹ ਅੰਦਰਸੇ ਆ ਜੀ। ਇਹ ਅੰਦਰਸੇ ਚਾਵਲਾਂ ਦੇ ਬਣਦੇ ਆ ਜੀ। ਹਾਂਜੀ, ਚਾਵਲਾਂ ਦੇ ਬਣਦੇ ਆ, ਨਾਲ ਇਹ ਖੰਡ ਪੈਂਦੀ ਆ। ਇਹ ਪਿਓਰ ਘਿਓ ਦੇ ਆ, ਗਗਨ ਘਿਓ ਦੇ ਵਰਤ ਕੇ ਆ ਬਣਾਉਂਦੇ ਪਏ ਹਾਂ, ਤਾਂ ਤੁਹਾਡੇ ਸਾਹਮਣੇ ਆ। ਬਾਕੀ ਰੰਗ ਰੂਪ ਤਵੀ ਕੀ ਬਣ ਰਿਹਾ ਕਾਰੀਗਰ ਵੇਖ ਲਓ, ਸਾਡੇ ਕਮ ਸੇ ਕਮ ਸਾਡੇ ਦਾਦਾ ਜੀ ਦੇ ਵੇਲੇ ਦੇ ਆ। ਦਾਦਾ ਜੀ ਸਾਡੇ ਨੇ ਲਿਆਉਂਦੇ ਸੀ, ਅੱਜ ਸਾਡੇ ਲੱਗੇ ਦੇ ਆ। ਇਹ ਕਹਿੰਦੇ ਕਿ ਮਿਲਦੇ ਵੀ ਇਕੱਲੇ ਬਟਾਲੇ 'ਚੋਂ? ਨਹੀਂ ਜੀ, ਬਟਾਲੇ ਤਾਂ ਮਿਲਦੇ ਮਿਲਦੇ ਆ, ਜ਼ਿਲ੍ਹਾ ਗੁਰਦਾਸਪੁਰ 'ਚ ਹੀ ਮਿਲਦੇ ਆ। ਗੁਰਦਾਸਪੁਰ ਨਾ, ਹੋਰ ਕਿਤੇ ਨਹੀਂ, ਹਿੰਦੁਸਤਾਨ 'ਚ ਕਿਤੇ ਨਹੀਂ ਮਿਲਣਗੇ। ਕਾਰਨ? ਉਹ ਬਜ਼ੁਰਗ ਹੀ ਜਾਣਦੇ ਹੋਣਗੇ ਜੀ, ਜੋ ਚੱਲਦੀਆਂ ਆਈਆਂ ਉਹੀ ਚੀਜ਼ਾਂ ਬਣਾਉਂਦੇ ਪਏ ਆ। ਕਿੱਥੋਂ ਕਿੱਥੋਂ ਲੋਕ ਲੈਣ ਆਉਂਦੇ ਤੁਹਾਡੇ? ਸਾਰਾ ਸ਼ਹਿਰ ਹੀ ਆਉਂਦਾ ਨੇ, ਜਿਨ੍ਹਾਂ ਜਿਨ੍ਹਾਂ ਨੂੰ ਕਈਆਂ ਨੂੰ ਤਾਂ ਪਤਾ ਹੀ ਨਹੀਂ ਕਿ ਅੰਦਰਸੇ ਹੁੰਦੇ ਕੀ ਆ। ਕੱਲ੍ਹ ਮੇਰੇ ਕੋਲ ਇੱਕ ਸੱਜਣ ਆ ਜੈਤੋਂ ਸਰਜੇ ਤੋਂ ਆਉਂਦਾ, ਉਹ ਕਹਿੰਦਾ ਮੈਂ ਨਾ ਹੀ ਪਹਿਲੀ ਵਾਰੀ ਸੁਣਿਆ, ਉਹਨੇ ਵੀ ਅੱਜ ਸਪੈਸ਼ਲ ਮੇਰੇ ਕੋਲ ਅੰਦਰਸੇ ਹੀ ਲੈਣ ਆਉਣਾ। ਇਹ ਅੰਦਰਸੇ ਹੀ ਕਿਉਂ ਕਹਿੰਦੇ ਇਹਨਾਂ ਨੂੰ? ਇਹ ਤਾਂ ਮਹਾਰਾਜ ਮੈਂ ਕਹਿ ਨਹੀਂ ਸਕਦਾ ਕੁਛ, ਬਾਕੀ ਇਹਦੇ ਅੰਦਰ ਰਸਾ ਹੁੰਦਾ ਤਦ ਅੰਦਰਸੇ। ਹਾਂਜੀ, ਇਸ ਕਰਕੇ ਵੀ ਕਹਿ ਸਕਦੇ ਹਾਂ। ਹਰ ਕਾਰੀਗਰ ਬਣਾ ਲੈਂਦਾ ਜਾਂ ਖਾਸ? ਨਹੀਂ ਨਹੀਂ ਜੀ, ਨਹੀਂ, ਹੁਣ ਤਾਂ ਅੱਗੇ ਜਨਰੇਸ਼ਨ ਨੂੰ ਤਾਂ ਜਾਚ ਹੀ ਹੈ ਨਹੀਂ, ਹੁਣ ਤਾਂ ਸਿੱਧੇ ਹੀ ਭਰਤੀ ਹੁੰਦੇ ਪਏ ਆ। 4 ਕੁ ਦਿਹਾੜੀਆਂ ਲਾਉਂਦੇ ਕਾਰੀਗਰਾਂ ਨਾਲ, ਆਪਣੇ ਕੰਮ ਫੜਦੇ ਆ। ਇਹ ਜਿਹੜੇ ਬਜ਼ੁਰਗ ਹੀ ਹੋਣ ਉਹਨਾਂ ਨੂੰ ਹੀ ਜਾਚਣ ਲੱਗੇ ਆ। ਹਾਂਜੀ, ਅਤੇ ਇਹ ਜੇ ਕਿਹਾ ਜਾਵੇ ਤਾਂ ਫਿਰ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਵੀ ਭੇਜਦੇ? ਭੇਜਦੇ ਆ ਜੀ, ਬੜੀ ਬੜੀ ਦੂਰ ਤੱਕ ਜਾਂਦੇ ਆ। ਹਾਂਜੀ, ਬਾਹਰ ਦੇ ਮੁਲਕਾਂ ਤੱਕ ਜਾ ਰਹੇ ਆ। ਕਿੰਨੀ ਕੁ ਡਿਮਾਂਡ ਰਹਿੰਦੀ ਹੈ? ਬਹੁਤ ਜ਼ਿਆਦਾ ਡਿਮਾਂਡ ਆ। ਹਾਂਜੀ, ਅਤੇ ਬਣਦੇ ਸਾਵਣ 'ਚ? ਸਾਵਣ ਦੇ 4 ਐਤਵਾਰ ਬਸ ਜੋ ਚੱਲ ਰਿਹਾ ਜੀ, ਇਹੀ ਮਹੀਨੇ ਬਣਦੇ ਆ ਬਸ। ਇਹਦੀ ਫਿਰ ਜਿਹੜੀ ਚਾਵਲ ਤੁਸੀਂ ਕਿਹਾ, ਚਾਵਲ ਨੂੰ ਕਿਸ ਤਰ੍ਹਾਂ ਪ੍ਰੈਪਰੇਸ਼ਨ ਦਿੰਦੇ ਹੋ? ਅਸੀਂ ਚਾਵਲ ਨੂੰ ਭਿਉਂਦੇ ਹਾਂ, ਪਹਿਲੇ ਉਹਨੂੰ ਚੰਗੀ ਤਰ੍ਹਾਂ ਧੋ ਕੇ ਉਹਨੂੰ 4-5 ਧੁੱਪਾ ਲਵਾਉਂਦੇ ਹਾਂ, ਫਿਰ ਅਸੀਂ ਗਲੈਂਡਰ ਦੇ ਦਿੰਦੇ ਹਾਂ ਪੀਣ ਵਾਸਤੇ। ਹਾਂਜੀ, ਉਸ ਤੋਂ ਬਾਅਦ ਮਤਲਬ 3 ਚੀਜ਼ਾਂ ਪੈਂਦੀਆਂ? ਹਾਂਜੀ ਜੀ, ਕੁਛ ਨਹੀਂ ਪੈਣਾ ਜੀ ਇਹ 'ਚ। ਫਿਰ ਇਹ 'ਚ ਮਿਠਾਸ ਕਿੰਨੀ ਕੁ ਹੁੰਦੀ? ਮਿਠਾਸ ਇਹ 'ਚ ਨਾ ਜ਼ਿਆਦਾ ਨਹੀਂ ਹੁੰਦੀ, ਠੀਕ ਹੀ ਹੁੰਦੀ ਹੈ। ਹਾਂਜੀ, ਜਿਹੜਾ ਸ਼ੂਗਰ ਦਾ ਮਰੀਜ਼ ਉਹ ਵੀ ਖਾ ਸਕਦਾ। ਇਹ ਅੰਦਰਸੇ ਨੇ ਜਿਹੜੇ ਕੇਵਲ ਅਤੇ ਕੇਵਲ ਬਟਾਲੇ ਸ਼ਹਿਰ 'ਚ ਸਾਵਣ ਦੇ ਮਹੀਨੇ ਹੀ ਮਿਲਦੇ ਆ। ਇੱਥੇ ਕੁਝ ਲੋਕ ਲੈਣ ਵੀ ਆਏ ਦੇ, ਉਹਨਾਂ ਨਾਲ ਵੀ ਗੱਲ ਕਰ ਲਾਂਗੇ। ਕੀ ਨਾਮ ਆ ਜੀ? ਮੇਰਾ ਨਾਮ ਰਮੇਸ਼ ਭਾਈ। ਰਮੇਸ਼ ਜੀ, ਕੀ ਭੱਠੀ ਦੇ ਖਲੋਤੇ ਹੋ, ਅੰਦਰਸੇ ਲੈਣ ਆਏ? ਹਾਂਜੀ, ਅੰਦਰਸੇ ਲੈਣ ਆਏ ਹਾਂ। ਇਹ ਸਾਵਣ ਮਹੀਨੇ ਦੀ ਮਠਿਆਈ ਹੈ, ਫੇਮਸ ਮਠਿਆਈ ਹੈ, ਉਹ ਆਪਾਂ ਲੈਣਾ ਹੈ, ਬੱਚਿਆਂ ਦੀ ਲੈਣਾ ਆ, ਘਰ ਰਿਸ਼ਤੇਦਾਰਾਂ ਦੀ ਆਇਆ ਫੋਨ 1-2, ਇੱਥੋਂ ਪਤਾ ਲੱਗਾ ਕਿ ਇੱਥੇ ਬਣਾਉਂਦੇ ਆ, ਉਹਦੇ ਕਰਕੇ ਆਪਾਂ ਪੈਕਿੰਗ ਕਰਾਉਣਾ। ਕਿ ਜਿਹੜੀਆਂ ਕੁੜੀਆਂ ਇੱਥੋਂ ਬਾਹਰ ਵਿਆਹੀਆਂ ਦੀਆਂ ਉਹ ਆਪਣੇ ਸਹੁਰੇ ਲੈ ਜਾਂਦੀਆਂ, ਤੇ ਜਿਹੜੀਆਂ ਇੱਥੇ ਵਿਆਹੀਆਂ ਦੀ ਉਹ ਆਪਣੇ ਪੇਕੇ ਭੇਜਦੀਆਂ, ਤੁਸੀਂ ਕਿਸ ਲਈ ਲੈਣਾ? ਮੈਂ ਸਹੁਰਿਆਂ ਦੀ ਲੈਣਾ ਜੀ। ਸਹੁਰਿਆਂ ਦੀ ਸੇਵਾ? ਸੇਵਾ ਕਰ, ਪੈਕਿੰਗ ਕਰਾਉਣਾ ਜੀ, ਫੋਨ ਆਇਆ ਸਹੁਰੇ ਜੀ, ਮੈਂ ਕਰਾ ਕੇ ਲੈਣਾ। ਕਿੱਥੇ ਭੇਜਣੇ ਆ? ਮੈਂ ਅੰਮ੍ਰਿਤਸਰ ਭੇਜਣਾ। ਤਸਵੀਰ ਆ ਕਿ ਅੰਦਰਸੇ, ਹੋਰ ਵੀ ਤੁਹਾਨੂੰ ਦਿਖਾ ਦਿੰਦੇ ਕਿ ਵੈਸੇ ਤਾਂ ਇਹ ਜਿਹੜੇ ਅੰਦਰਸੇ ਨੇ ਇਹ ਬਟਾਲੇ ਸ਼ਹਿਰ 'ਚ ਹੀ ਮਿਲਦੇ ਆ। ਸਾਵਣ ਦੇ ਮਹੀਨੇ ਖਾਸ ਕਰਕੇ ਮਿੱਠੀਆਂ ਚੀਜ਼ਾਂ ਲੋਕ ਖਾਂਦੇ ਆ, ਔਰ ਇਹ ਜੋ ਅੰਦਰਸੇ ਨੇ ਇਹ ਚਾਵਲ ਘਿਓ ਔਰ ਚੀਨੀ ਦੇ ਬਣਦੇ ਆ। ਇਸ ਤੋਂ ਇਲਾਵਾ ਹੋਰ ਇਸ ਦੇ ਵਿੱਚ ਕੁਝ ਵੀ ਨਹੀਂ ਪੈਂਦਾ, ਔਰ ਲੋਕ ਦੂਰੋਂ ਦੁਰਾਡਿਓਂ
ਲੈਣ ਵੀ ਆਉਂਦੇ ਨੇ ਬਟਾਲੇ ਸ਼ਹਿਰ 'ਚ ਅੰਦਰਸੇ, ਔਰ ਲੈ ਕੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਭੇਜਦੇ ਆ। ਕੈਮਰਾਮੈਨ ਬੰਟੀ ਦੇ ਨਾਲ ਨਿਊਜ਼ 18 ਪੰਜਾਬ ਲਈ ਨਿਤਿਨ ਲੂਥਰਾ ਬਟਾਲਾ।